ਅਸਲਾਮ ਅਲੈਕੁਮ ਜੀ ਦੋਸਤੋ। ਅੱਜ ਸਰਦੀ ਬਹੁਤ ਜ਼ਿਆਦਾ ਹੋ ਗਈ ਆ ਤੇ ਐਵੇਂ ਸਮਝੋ ਕਿ ਹਨੇਰਾ ਹੋਇਆ ਖੜਾ ਜੀ। ਧੁੰਦ ਇਤਨੀ ਪੈ ਰਹੀ ਆ, ਅਸੀਂ ਆਪਣੇ ਕਲੀਨਿਕ ਪਹੁੰਚ ਗਏ ਆ। ਇਹ ਸਾਡੇ ਚਾਚਾ ਜੀ ਦੇ ਨਾਲ, ਚਾਚਾ ਮੁਹੰਮਦ ਇਕਬਾਲ। ਵਾਲੀ ਹਾਂਜੀ ਤੇ ਇਹ ਜਿਵੇਂ ਸੁਰਿੰਦਰ ਖਾਨ ਸਾਹਿਬ ਕੰਮ ਕਰ ਰਹੇ ਆ, ਖਾਨ ਸਾਹਿਬ ਦੇਖੋ ਜੀ, ਤੁਸੀਂ ਸਮਝ ਲਓ ਦੇ ਨਾਲ ਨਾਲ ਮਸ਼ੀਨ ਤੇ ਕੰਮ ਕਰ ਰਹੇ ਆ, ਚਾਕੂ ਲਗਾ ਰਹੇ ਆ ਜੀ। ਜਬਰਦਸਤ ਕਿਸਮ ਦਾ ਮਨਾ ਰਹੇ ਖਾਨ ਸਾਹਿਬ ਜੀ। ਜੀ ਖਾਨ ਸਾਹਿਬ ਕਦੇ ਸ਼ੁਰੂ ਕਰਤੇ ਹੈ, ਪਾਕਿਸਤਾਨ ਚ ਖੁਦ ਬਖੁਦ ਚਲ ਗਿਆ ਇਨਕੇ ਪਾਸ। ਮੇਰਾ ਦਾਤਾ ਵੀ ਨਾਮ ਡਾਕਟਰ ਸਰ। ਹਾਂਜੀ ਫਿਰ ਆਪੇ ਰਹਿਣਾ। ਹਾਂਜੀ ਹਾਂਜੀ ਡਾਕਟਰ ਸਾਹਿਬ ਅਮਰ ਗਾਣੇ ਨੇ ਸਰ ਗਾਣੇ। ਹਾਂਜੀ 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 ਇਹ ਗਾਣਾ ਹੋਤਾ ਹੈ, ਇਹ ਦੇ ਕੋਈ ਹੋ ਜੇ ਉਧਰ ਵੀ ਗਾਣਾ ਬਣਾਏ। ਔਰ ਜੀ ਬਦਨ ਮੇ ਦਸ ਫੀਲਿੰਗ ਦਾ ਕੀ ਹੋਗਾ, ਇਹ ਗਾਣਾ ਨੇ ਚਲਤਾ, ਇਹ ਦੇ ਪੇਸ਼ ਕਰ ਰਿਹਾ ਵੀ ਜਿਸਮ ਖਾਰਸ਼ ਹੋਤਾ ਹੈ। ਮੈਂ ਜਿਸਮ ਖਾਸ਼ ਕਰ। ਹਾਂ ਐਸਾ ਗਾਣੇ ਬੰਦ ਕਰ। ਹਾਂ ਠੀਕ ਯਾਰ, ਹੈ ਇਹ ਥੋੜਾ ਗਾਣਾ ਉਹ ਜੋ ਚੇੜਾ ਨਹੀਂ ਥਾ ਅਭੀ ਦੂਸਰਾ ਦਿਨ ਉਸ ਹੈ। ਇਹ ਬੜਾ ਦਾਨਾ ਜੋ ਜਾਣਾ, ਇਹ ਹਫਤੇ ਸੇ ਹੋ ਗਿਆ, ਹਫਤੇ ਸੇ ਪਹਿਲਾਂ ਨਹੀਂ ਕਰਦਾ। ਠੀਕ ਇੱਕ ਇੱਕ ਦਿਖਾਣਾ ਜੀ ਬੁਝੋ ਰੱਖਦੇ ਸੇ ਬੇੜੀ ਦੀ ਜੋੜ ਰੱਖਦਾ ਜਾਉ ਸ਼ੋ ਇਹਦਾ ਇਹ ਇਹਦਾ ਜੇ ਪਕੜੇ ਜੀ ਕਟਾਈ ਵੀ ਕਰੇਗਾ ਜੀ ਸਹੀ ਕਟਾਈ ਵੀ ਕਰੇਗਾ ਉਹ। ਇਹ ਐਸੇ ਕੈਸੇ ਥੋੜਾ ਸਾ ਇਹ ਥੋੜਾ ਇਹ ਕੁੱਟਣੇ ਵਾਲਾ ਨਹੀਂ ਹੈ ਸਿਸਟਮ ਆਪਣੇ ਪਾਸ ਇਹ ਸਹੀ ਲਚਕ ਸਹੀ ਹੈ, ਕੁੱਟੋ ਹਾਂ ਨਹੀਂ ਲਚਕ ਸਹੀ ਅਸਰ ਇਹ ਥੋੜਾ ਆਪ ਨਾ ਜ਼ਿਆਦਾ ਹੈ ਕਰੇ ਜ਼ਿਆਦਾ ਹੈ ਥੋੜਾ ਬਿਲਕੁਲ ਨਹੀਂ ਥੋੜਾ ਜ਼ਿਆਦਾ ਹੈ ਸਿਮ ਬਰਾਬਰ। ਇਹ ਦੇਖਿਆ ਜੀ ਹਮਨੇ ਵੀ ਮਸਲ ਵਗੈਰਾ ਲਿਆ ਹੋਇਆ ਜੀ ਸਰਦੀ ਅੱਜ ਵਾਕਈ ਜੋ ਹੈ ਨਾ ਸਰਦੀ ਚ ਨਹੀਂ ਹੈ ਧੁੰਦ ਜ਼ਿਆਦਾ ਹੈ ਜੀ ਸਰਦੀ ਚ ਨਹੀਂ ਹੈ ਧੁੰਦ ਜ਼ਿਆਦਾ ਹੈ ਇਹ ਦੇਖਿਆ ਜੀ ਮੁਹੰਮਦ ਔਰ ਮੁਜ਼ੰਮਲ ਆਪਣੇ ਕੰਮ ਕੋ ਲੱਗੇ ਹੋਏ ਹੈ ਮਾਸ਼ਾ ਅੱਲਾਹ ਤਨਦਹੀ ਸੇ ਆਪਣਾ ਕੰਮ ਕਰ ਰਹੇ ਹੈ ਬੜੀ ਮਿਹਨਤ ਸੇ ਔਰ ਇਨਸ਼ਾਅੱਲਾ ਵੀ ਕਲੋਜ਼ ਕਰ ਦੇਂਗੇ ਜੀ ਇਨਸ਼ਾਅੱਲਾ ਤਾਲਾ ਜੀ ਵੀ ਕਲੋਜ਼ ਕਰ ਦੇਂਗੇ ਕੰਮ ਮੁਕੰਮਲ ਕਰ ਲੇਂਗੇ ਦੇਖਿਆ ਅਭੀ ਟੀਮ ਆ ਗਈ ਹੈ ਹਮਾਰੀ ਜਨਾਬ ਮਾਸ਼ਾਅੱਲਾ ਜਵਾਨ ਆ ਗਏ ਹੈ ਅਭੀ ਉਧਰ ਉਧਰ ਦੂਰ ਥੋੜਾ ਦੂਰ ਦੂਰ ਫੇਂਕੋ ਇਸ ਪੌਦੋਂ ਸੇ ਆਗੇ ਫੇਂਕਣਾ ਇਧਰ ਸੇ ਫਿਰ ਗਿਰ ਜਾਏਂਗੇ ਨਾ ਬਈ ਨਾ ਥੋੜਾ ਲੰਬਾ ਕਰਕੇ ਉਧਰ ਸੇ ਫੇਂਕ ਦੇ ਜਦ ਰਸਤਾ ਸਾਫ਼ ਹੈ ਇਨ ਪੌਦੋਂ ਕੋ ਤੋੜੋ ਨਾ ਬਈ ਜ਼ਿਆਦਾ ਲੰਬਾ ਵੀ ਨਹੀਂ ਕਰਨਾ ਫਿਰ ਇਕੱਠੀ ਕਰਨੀ ਪੜੇਗੀ ਫਿਰ ਮਿਹਨਤ ਕਰਨਾ ਪੜੇਗੀ ਇੱਕ ਜਗ੍ਹਾ ਐਸੇ ਬਸ ਨਜ਼ਦੀਕ ਨਜ਼ਦੀਕ ਹੋ ਪੌਦੋਂ ਹਾਂ ਨਾ 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 ਐਸੇ ਨਹੀਂ ਚੱਲੇਗਾ ਬਈ ਐਸੇ ਨਹੀਂ ਚੱਲੇਗਾ ਹਾਂ ਹਿੰਮਤ ਕਰੇ ਬੇਟਾ ਨਾ ਐਸੇ ਐਸੇ ਖਾਨ ਸਾਹਿਬ ਤੋੜਨਾ ਵੀ ਨਹੀਂ ਐਸੇ ਹਾਂਜੀ 4 ਇੰਚ ਕੀ ਦੀਵਾਰ ਸੀ ਜੀ ਇਹ 100-150 ਇੰਚ ਹੋ ਗਈ ਇਸਕੇ ਅੰਦਰ ਔਰ ਇਸਕੀ ਜੋ ਲੈਂਥ ਥੀ ਨਾ ਜੀ ਦੇਖਣਾ ਮੁਝੇ ਨਾ ਮਾਰ ਦੇਣਾ ਬਈ ਲੈਂਥ ਵੀ ਥੋੜੀ ਥੀ 100-150 ਇੰਚ ਹੋ ਗਈ ਸਭ ਇਸਕੇ ਅੰਦਰ ਮੇਰੇ ਖਿਆਲ ਮੈਂ ਜੋ ਹੈ ਨਾ ਹਾਂਜੀ ਪ੍ਰੋਗਰਾਮ ਤਾਂ ਯਹੀ ਥਾ ਇਹ ਬਾੜ ਜੋ ਹੈ ਨਾ ਉਹ ਦੀਵਾਰ ਕਾ ਕੰਮ ਦੇਗੀ ਬਾੜ ਅਭੀ ਛੋਟੀ ਰਹਿ ਗਈ ਹੈ ਤੋ ਇਸ ਲਈ ਅਬ ਦੀਵਾਰ ਮੁਝੇ ਲੱਗਤਾ ਹੈ ਦੁਬਾਰਾ ਸੇ ਫਿਰ ਬਣਾਉਣੀ ਪੜੇਗੀ ਹੈ ਹਾਂਜੀ ਹਾਂਜੀ ਜੇ ਢੇਲੇ ਉਠਾ ਕੇ ਕਰਾਓ ਐਸੇ ਜੀ ਐਸੇ ਬਿਲਕੁਲ ਐਸੇ ਜੀ ਠੀਕ ਹੈ ਜੀ ਮਾਸ਼ਾਅੱਲਾ ਜ਼ਬਰਦਸਤ ਕੰਮ ਹੋ ਰਿਹਾ ਜੀ ਅਭੀ ਹਾਂਜੀ ਉਠਾਓ 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 ਮੁਹੰਮਦ ਉਠਾਓ ਜੀ ਹਾਂਜੀ ਮੁਜ਼ੰਮਰ
पहले सिंगल उठाते रहो ना जो सिंगल है जी, फिर उसके बाद उठा लेना दूसरी, जो सिंगल पड़ी है वो तो उठा लो पहले। हाँ जी, जोर लगाओ, जोर 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 जोर। ये बहुत बड़ा ढेला फंस गया जी, आदमी को नहीं निकल रहा। ये उठा लिया जी, निकाल लिया जी खान। माशाल्लाह जान वाला आदमी है भाई, मोहम्मद मुजम्मल जो है ना जी, बहुत। ये देखें जी माशाल्लाह, है जी बहुत जबरदस्त जी, ये मोहम्मद, ये जी ऐसे वो एक्सरसाइज आए तो थे ये कंप्यूटर चलाने के लिए, लेकिन जनाब जो है ना आगे काम निकल आया तो फिर इनको काम तो करना पड़ गया जी, मजबूरी थी।